अच्छा प्रधान जी, ये चीज दसो भी जेडी मरिंडा कांड होया उत्थे बेअदबी हुई है, तुसी गुरु धामां नाल जुड़े हो, नगर कीर्तन भी कराउंदे हो, ते तुसी पंजाब दी है ना संस्था विच भी काम करदे हो, ते ये चीजां दा की कीता जावे, की प्रबंध कीता जावे तां जो जिहड़ियां ये घटनावां इदां दियां ना होण। ਇਹਦੇ ਲਈ ਸਭ ਤੋਂ ਪਹਿਲਾਂ ਤਾਂ ਦੇਖੋ, ਇਹ ਬੜੀ ਦੁਖਦਾਈ ਘਟਨਾ ਆ ਜਿਹੜੀ ਅੱਜ ਕੱਲ ਹੋਈ ਆ ਮਰਿੰਡੇ ਸਾਹਿਬਜ਼ਾਦਿਆਂ ਦੇ ਇਤਿਹਾਸਕ ਸਥਾਨ ਤੇ। ਜੀ ਅਸੀਂ ਕਈ ਵਾਰੀ ਅੱਗੇ ਵੀ ਕਹਿ ਸਕਦੇ ਹਾਂ ਕਿ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਨੂੰ ਇਹਲੇ ਇੱਕ ਅਜਿਹਾ ਕਾਨੂੰਨ ਬਣਾਉਣਾ ਚਾਹੀਦਾ, 302 ਦਾ ਮੁਕੱਦਮਾ ਦਰਜ ਹੋਣਾ ਚਾਹੀਦਾ, ਜਿਹ 'ਚ ਸਜਾਏ ਮੌਤ ਜਿਹੜਾ ਦੰਡ ਹੋਣਾ ਚਾਹੀਦਾ। ਜੀ ਜਿੰਨਾ ਚਿਰ ਇਹੋ ਜਿਹੇ ਕਾਨੂੰਨ ਸਖ਼ਤ ਨਹੀਂ ਬਣਦੇ। ਜੀ ਹੁਣ ਸਰਕਾਰਾਂ ਕੀ ਕਰਦੀਆਂ, ਜਿਹੜਾ ਬੰਦਾ ਫੜਦੀਆਂ ਨੂੰ ਮੱਧ ਬੁੱਧੀ ਕਹਿ ਕੇ ਜੀ ਖਹਿੜਾ ਛੜਾ ਲੈਂਦੀਆਂ। ਬਿਲਕੁਲ ਪ੍ਰਧਾਨ ਜੀ, ਵੀ ਜਿਹੜੀਆਂ ਪਿਛਲੇ ਦਿਨਾਂ ਚ ਦਰਬਾਰ ਸਾਹਿਬ ਵੀ ਉਹ ਇੱਕ ਪੇਂਟ ਕਰਕੇ ਚੱਲ ਗਈ ਬੀਬੀ, ਫਿਰ ਉਹ ਕਦੋਂ ਕਾਂਡ ਹੋਰ ਵੀ ਹੋਏ ਆ, ਪਹਿਲੀਆਂ ਬੇਅਦਬੀਆਂ ਵੀ ਹੋਈਆਂ, ਤੇ ਅੱਜ ਤੱਕ ਕਿਸੇ ਵੀ ਕੋਈ ਚੀਜ਼ ਦਾ ਕੋਈ ਰਿਜ਼ਲਟ ਹੱਲ ਨਹੀਂ ਆਇਆ। ਵੀ ਜਿਹੜੀਆਂ ਗੁਰਦੁਆਰਿਆਂ ਦੀਆਂ ਕਮੇਟੀਆਂ, ਕੋਈ ਇਹਨਾਂ ਨੂੰ ਵੀ ਆਪਣੀ ਉੱਥੇ ਸਖ਼ਤ ਪਹਿਰੇਦਾਰ ਜਾਂ ਕੋਈ ਸ਼ਸਤਰਧਾਰੀ ਬੰਦੇ ਲਾਉਣੇ ਜ਼ਰੂਰੀ ਹੈ ਕਿ ਕਿਵੇਂ ਜੀ? ਦੇਖੋ ਜੀ, ਜਿੱਥੇ ਤੱਕ ਦਰਬਾਰ ਸਾਹਿਬ ਦੀ ਗੱਲ ਕੀਤੀ, ਉੱਥੇ ਸਾਡੀ ਟਾਸਕ ਫੋਰਸ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਜੀ ਜਦੋਂ ਬੀਬੀ ਨੂੰ ਉਹਨੇ ਬੇਨਤੀ ਕੀਤੀ ਵੀ ਬੀਬੀ ਇਹ ਮਰਿਆਦਾ ਦੇ ਵਿੱਚ ਨਹੀਂ ਹੈਗੀ, ਸਾਡੇ ਗੁਰੂ ਘਰ ਦੀ ਮਰਿਆਦਾ 'ਚ ਨਹੀਂ ਆਉਂਦੇ, ਤੁਸੀਂ ਆਪਣਾ ਮੂੰਹ ਹੱਥ ਧੋ ਕੇ ਤੁਸੀਂ ਦਰਬਾਰ ਸਾਹਿਬ ਦਰਸ਼ਨ ਕਰੋ। ਲੇਕਿਨ ਬੀਬੀ ਉਹਨਾਂ ਬਹਿਸ ਕਰਨ ਲੱਗ ਪਈ। ਦੇਖੋ ਜਦੋਂ ਦਰਬਾਰ ਸਾਹਿਬ ਦੇ ਚਾਰੇ ਦਰਵਾਜੇ ਇਸ ਕਰਕੇ ਖੁੱਲੇ ਵੇ, ਸਾਰੇ ਧਰਮਾਂ ਦਾ ਪੂਰਾ ਸਤਿਕਾਰ, ਸਾਰੇ ਧਰਮਾਂ ਦਾ ਸਾਂਝਾ ਸਥਾਨ ਆ ਉਹ, ਉੱਥੇ ਜਿਹੜਾ ਮਰਜ਼ੀ ਆ ਸਕਦਾ। ਲੇਕਿਨ ਉੱਥੇ ਦੀ ਇੱਕ ਮਰਿਆਦਾ ਆ, ਗੁਰਮਤਿ ਸਿਧਾਂਤ ਆ, ਜੇ ਆਪਾਂ ਉਹਨੂੰ ਅਡੋਪਟ ਨਾ ਕਰਾਂਗੇ ਤਾਂ ਫਿਰ ਉਹ ਸਿਧਾਂਤ ਹੁੰਦਾ ਨੀ। ਸ਼੍ਰੋਮਣੀ ਕਮੇਟੀ ਨੇ ਉੱਥੇ ਪਹਿਰਾ ਦਿੱਤਾ, ਜਿਹੜੀਆਂ ਵਿਰੋਧੀ ਪਾਰਟੀਆਂ ਜਾਂ ਪੰਥ ਵਿਰੋਧੀ ਤਾਕਤਾਂ ਆ ਉਸ ਚੀਜ਼ ਨੂੰ ਹੋਰ ਏਜੰਡੇ ਨਾਲ ਜੋੜਦੀਆਂ, ਰਾਸ਼ਟਰੀ ਝੰਡੇ ਨਾਲ ਜੋੜਨ ਲੱਗ ਪਏ। ਰਾਸ਼ਟਰੀ ਝੰਡਾ ਉਹਨੂੰ ਅਸੀਂ ਵੀ ਸਲਾਮ ਕਰਦੇ ਹਾਂ, ਅਸੀਂ ਵੀ ਉਸ ਦੇਸ਼ ਦੇ ਰਹਿਣ ਵਾਲੇ ਹਾਂ। ਲੇਕਿਨ ਇਹਦਾ ਮਤਲਬ ਇਹ ਨਹੀਂ ਵੀ ਗੁਰੂ ਘਰ ਦੀ ਮਰਿਆਦਾ ਦੇ ਵਿੱਚ ਜਾ ਕੇ ਆਪਾਂ ਨਵੇਂ ਨਵੇਂ ਫੈਸ਼ਨ, ਇਹ ਕੋਈ ਪਿਕਨਿਕ ਸਪੋਟ ਥੋੜੋ ਹੈਗੀ ਆ, ਜਾਂ ਕੋਈ ਇਹੋ ਜਿਹਾ ਮੇਲਾ ਆ ਵੀ ਜਿੱਥੇ ਜਾ ਕੇ ਜੋ ਮਰਜ਼ੀ ਆਪਾਂ ਭਗੂੜੇ ਝੂਟੀ ਜਾਈਏ, ਜੋ ਮਰਜ਼ੀ ਕਰੀ ਜਾਈਏ। ਹਾਂ, ਇਹ ਗੁਰੂ ਦੇ ਸਿਧਾਂਤ ਦੀ ਗੱਲ ਆ, ਸਿਧਾਂਤ ਦੇ ਨਾਲ ਹੀ ਆਪਾਂ ਜੁੜਨਾ ਚਾਹੀਦਾ। ਤੇ ਜਿਹੜੀਆਂ ਚਲੋ ਦਰਬਾਰ ਸਾਹਿਬ ਤੇ ਹੋ ਗਈਆਂ, ਉੱਥੇ ਤੇ ਟਾਸਕ ਫੋਰਸ ਹੈਗੀ ਆ, ਉੱਥੇ ਸਿਸਟਮ ਹੈ, ਜਿਹੜੀਆਂ ਆਮ ਜਿੱਦਾਂ ਜਲੰਧਰ ਸ਼ਹਿਰ ਵਿੱਚ ਵੀ ਹੈਗੀਆਂ ਵੱਡੇ ਗੁਰਦੁਆਰਾ ਸਾਹਿਬ ਹੈ ਜਾਂ ਹੋਰ ਕਮੇਟੀਆਂ ਵੀ ਹੈ, ਹੋਰ ਗੁਰੂ ਘਰ ਵੀ ਹੈਗੇ ਆ, ਉੱਥੇ ਵੀ ਕੋਈ ਪਹਿਰੇਦਾਰੀ ਸਖ਼ਤ ਹੋਣੀ ਤੁਹਾਨੂੰ ਲੱਗਦੀ ਜ਼ਰੂਰੀ ਕਿ ਜਾਂ ਉੱਥੇ ਕਿਵੇਂ ਤੁਸੀਂ ਦੇਖਦੇ ਹੋ ਇਸ ਚੀਜ਼ ਨੂੰ? ਉੱਥੇ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਬੰਧਕ ਨੇ, ਉਹਨਾਂ ਨੂੰ ਇਸ ਗੱਲ ਦਾ ਤਹੀਆ ਕਰਨਾ ਚਾਹੀਦਾ ਕਿ ਜਿਹੜੀ ਇਸ ਵੇਲੇ ਜਿਹੜੀ ਸਾਡੇ ਪੰਜਾਬ ਦੀ ਤ੍ਰਾਸਦੀ ਹੈ ਨਾ, ਉਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਮੁੱਖ ਏਜੰਡਾ ਸਾਡੀ ਦਸਤਾਰ ਦਾ, ਸਾਡੇ ਪੰਥ ਦਾ, ਸਾਡੀ ਗੁਰੂ ਦੀ ਮਰਿਆਦਾ ਦਾ, ਇਹਨੂੰ ਜਿਹੜੀਆਂ ਆ ਨਾ ਆਰਐਸਐਸ ਵਰਗੀਆਂ ਟੀਮਾਂ ਜਿਹੜੀਆਂ ਆ ਉਹ ਇਹਨੂੰ ਕਮਜ਼ੋਰ ਕਰਦੇ ਤੁਲੀਆਂ ਆ। ਮੈਂ ਸਿੱਧੇ ਲਫ਼ਜ਼ਾਂ 'ਚ ਆਰਐਸਐਸ ਦਾ ਨਾਂ ਇਸ ਕਰਕੇ ਲਿਆ ਕਿ ਅੱਜ ਸਿੱਖੀ ਨੂੰ ਸਭ ਤੋਂ ਵੱਡਾ ਖਤਰਾ। ਮੈਂ ਇਹ ਨਹੀਂ ਕਹਿੰਦਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਤੁਸੀਂ ਜੁੜ ਜਾਓ, ਪਰ ਸਿੱਖੀ ਦੇ ਸਿਧਾਂਤਾਂ ਦੇ ਉੱਤੇ ਪਹਿਰਾ ਦੇਣ ਲਈ ਆਪਾਂ ਨੂੰ ਕੋਈ ਨਾ ਕੋਈ ਇਹੋ ਜਿਹਾ ਪਲੇਟਫਾਰਮ ਫੜਨਾ ਪਊਗਾ ਜਿੱਥੇ ਸਾਰੇ ਸਿੱਖ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਣ। ਉਹ ਪਲੇਟਫਾਰਮ ਕੀ ਆ? ਸ੍ਰੀ ਅਕਾਲ ਤਖ਼ਤ ਦੇ ਚਾਹੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਉਹ ਅਕਾਲ ਤਖ਼ਤ ਦੀ ਛਤਰ ਵਿਛਾਇਆ ਹੇਠ ਉਹਨਾਂ ਨਾਲ ਜੁੜ ਜਾਣ, ਉਹਨਾਂ ਨੂੰ ਜਾ ਕੇ ਆਪਣੇ ਸੁਝਾਅ ਦੇਣ, ਉਹਨਾਂ ਨੂੰ ਜਾ ਕੇ ਆਪਣਾ ਪੱਖ ਰੱਖਣ, ਉਹਨਾਂ ਨੂੰ ਦੱਸਣ ਜੀ ਤੁਸੀਂ ਬਾਗਡੋਰ ਏਦਾਂ ਸੰਭਾਲੋ। ਆਪਾਂ ਸਾਰੇ ਖੇਰੂ ਫੇਰੂ ਹੋਏ ਪਏ ਆ, ਸਾਡੇ ਦਸਤਾਰਾਂ ਵਾਲੇ ਤੇ ਸ਼ਰਮ ਲੋਕ ਮੈਂ ਕਹੂੰਗਾ ਉਹਨਾਂ ਨੂੰ ਜਿਹੜੇ ਬੀਜੇਪੀ ਚ ਜਾ ਕੇ ਵੱਡੇ ਵੱਡੇ ਸਰੋਪੇ ਪਵਾ ਰਹੇ ਆ ਔਰ ਉਹਨਾਂ ਦੀ ਚੋਣ ਕੰਪੇਨ ਚਲਾ ਰਹੇ ਆ। ਇਹ ਮੈਂ ਗੁਰੂ ਸਾਹਿਬ ਦੇ ਵੇਲੇ ਜਿਹੜੇ ਮਸੰਦ ਹੋਏ ਮੈਂ ਤਾਂ ਤੁਲਨਾ ਉਹਨਾਂ ਦੀ ਉਹਨਾਂ ਨਾਲ ਕਰਦਾ। ਹਾਂ ਨਹੀਂ, ਚਲੋ ਉਹ ਤੇ ਇੱਕ ਪੋਲੀਟੀਸ਼ਨ ਆ ਜਾਂਦੀ ਹੈ ਕਿ ਪਹਿਲਾਂ ਅਕਾਲੀ ਦਲ ਵੀ ਬੀਜੇਪੀ ਨਾਲ ਜੁੜਿਆ ਸੀ। ਪੋਲੀਟਿਕਸ ਨਹੀਂ ਹੈਗੀ। ਨਹੀਂ ਨਹੀਂ, ਵੀ ਪਹਿਲਾਂ ਅਕਾਲੀ ਦਲ ਵੀ ਬੀਜੇਪੀ ਨਾਲ ਹੀ ਜੁੜਿਆ ਹੁੰਦਾ ਹੈਗਾ। ਮੈਂ ਅਕਾਲੀ ਦਲ ਦੀ ਗੱਲ ਹੀ ਨਹੀਂ ਕਰਦਾ ਜੀ, ਮੈਂ ਅਕਾਲੀ ਦਲ ਦੀ ਗੱਲ ਹੀ ਨਹੀਂ ਕਰਦਾ, ਮੈਂ ਇੱਕ ਪੰਥਕ ਮੁੱਦੇ ਦੀ ਗੱਲ ਕਰਦਾ। ਹਾਂ, ਪੰਥਕ ਮੁੱਦੇ ਦੇ ਵਿੱਚ ਦੇਖੋ ਅੰਮ੍ਰਿਤਪਾਲ ਖਾਲਸੇ ਦੀ ਗੱਲ ਚੱਲੀ ਜੀ, ਠੀਕ ਨੇ, ਉਹਦੇ ਵਿੱਚ ਤੁਸੀਂ ਕਿੰਨੀ ਪੰਜਾਬ ਦੇ ਵਿੱਚ ਮੁੜ ਹੋਏ ਹਾਲਾਤ ਪੈਦਾ ਕਰਦੇ ਜੋ ਪਿੱਛੇ ਆਪਾਂ ਸਾਰਿਆਂ ਸੰਤਾਪ ਹੋ ਗਿਆ। ਬਿਲਕੁਲ ਠੀਕ ਹੈ, ਹਨਾ, ਉਹਦੇ ਵਿੱਚ ਜਿਹੜੇ ਨੌਜਵਾਨਾਂ ਦੇ ਘਰਾਂ ਨਾਲ ਗਿਆ, ਜਿਹਨਾਂ ਦੇ ਘਰ ਰੋਟੀ ਖਾਧੀ, ਜਿਹਨਾਂ ਨੇ ਪਾਣੀ ਪਿਲਾਇਆ, ਜਿਹਨਾਂ ਨੇ ਮਾੜਾ ਮੋਟਾ ਉਹਦਾ ਵੇਲੇ ਉਹਨਾਂ ਚੱਕ ਕੇ ਐਨਐਸਏ ਲਾ ਕੇ ਡਬਰੂ ਗੇੜ ਜੇਲ ਭੇਜਤਾ, ਜਦੋਂ ਉਹਨੂੰ ਫੜਨਾ ਸੀ ਉਹ ਦੇਖੋ ਫੜ ਕੇ ਇੱਕ ਸਟਿੱਕ ਨਾਲ ਫੜਿਆ, ਲੋਕ ਸਾਰੇ ਜਾਣਦੇ ਹੀ ਆ ਜੀ।
ਓਹਦੇ ਵਿਚ ਦੇਖੋ ਇਹ ਗੱਲਾਂ ਜਿਹੜੀਆਂ ਲੁਕੀਆਂ ਛੁਪੀਆਂ ਨੀ ਹੁੰਦੀਆਂ, ਲੋਕਾਂ ਨੂੰ ਜਨਤਾ ਨੂੰ ਪਤਾ ਹੁੰਦਾ, ਪਰ ਆਪਾਂ ਨੂੰ ਪੰਥਕ ਮੁੱਦਿਆਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਵਿਚਾਰ ਧਾਰਨਾ ਨਾਲ ਜੁੜਨ ਲਈ ਮਾਨਸਿਕ ਜਾਤ ਸਭੇ ਇੱਕੇ ਪਹਿਚਾਣ ਬੋ, ਇਹਦੇ ਸੰਦੇਸ਼ ਦੇ ਹੇਠ ਇਕੱਠੇ ਹੋਣ ਲਈ ਆਪਾਂ ਨੂੰ ਪੰਜਾਬ ਨੂੰ ਪੰਜਾਬ ਦਾ ਵਿਰਸਾ, ਪੰਜਾਬ ਦੇ ਗੁਰੂਆਂ ਪੀਰਾਂ ਦੇ ਜਿਹੜੇ ਇਤਿਹਾਸ ਆ ਉਹਨਾਂ ਦੇ ਜਿਹੜੇ ਸਿਧਾਂਤ ਆ ਉਸ ਦਾ ਪਹਿਰਾ ਦੇਣਾ ਪਊਗਾ, ਤਾਂ ਪੰਜਾਬ ਬਚ ਸਕੂਗਾ। ਇੱਕ ਚੀਜ਼ ਪ੍ਰਧਾਨ ਜੀ ਹੋਰ ਦੱਸਿਓ ਲਾਸਟ, ਵੀ ਜਿਹੜੀਆਂ ਸਾਡੀਆਂ ਕਮੇਟੀਆਂ, ਇੱਕ ਮੈਂ ਪਹਿਲਾਂ ਵੀ ਤੁਹਾਨੂੰ ਬੇਨਤੀ ਕੀਤੀ ਹੈ ਵੀ ਇਹਨਾਂ ਨੂੰ ਗੁਰਦੁਆਰਿਆਂ 'ਚ ਗੁਰੂ ਧਾਮਾਂ ਵਿੱਚ ਕੁਝ ਪਹਿਰੇਦਾਰੀ ਵਧਾਉਣੀ ਚਾਹੀਦੀ, ਇੱਕ ਸ਼ਸਤਰਧਾਰੀ ਜਾਂ ਕਿਵੇਂ ਇਹਨਾਂ ਨੂੰ ਕੋਈ ਸਖਤੀ ਕਰਨੀ ਚਾਹੀਦੀ ਹੈ ਕਿ ਕਿਵੇਂ ਜੀ ਇਹਨੂੰ ਕਿੱਦਾਂ ਦੇਖਦੇ ਹੋ? ਦੇਖੋ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਗੁਰੂ ਘਰ ਦੀ ਮਰਯਾਦਾ ਲਈ ਗੁਰੂ ਘਰ ਦੇ ਉੱਥੇ ਸੇਵਾਦਾਰ ਰੱਖਣੇ ਚਾਹੀਦੇ ਆ, ਉਹਦਾ ਜਿਹੜੇ ਪ੍ਰਬੰਧਕ ਕਮੇਟੀ ਆ ਉਹਨਾਂ ਨੂੰ ਕੋਈ ਨਾ ਕੋਈ ਉੱਥੇ ਪ੍ਰਬੰਧ ਐਸਾ ਕਰਨਾ ਚਾਹੀਦਾ ਵੀ ਰਾਤ ਦਿਨ ਉੱਥੇ ਡਿਊਟੀ ਦਿੱਤੀ ਜਾਵੇ, ਕੈਮਰੇ ਲੱਗਣੇ ਚਾਹੀਦੇ ਉੱਥੇ। ਦੂਸਰੀ ਗੱਲ ਜਿਹੜੀ ਮੈਂ ਨਾਲ ਕਹਿੰਦਾ, ਕਈ ਐਸੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਹਨਾਂ ਕੋਲ ਵਿਚਾਰਿਆਂ ਕੋਲ ਆਮਦਨ ਬਹੁਤ ਘੱਟ ਹੈ ਗੁਰੂ ਘਰਾਂ ਦੇ ਵਿੱਚ, ਉਹ ਨਹੀਂ ਰੱਖ ਸਕਦੇ, ਉਹ ਗੁਰੂ ਗ੍ਰੰਥੀ ਸਾਹਿਬ ਦੀ ਜਿਹੜੀ ਤਨਖਾਹ ਵੀ ਨੀ ਪੂਰੀ ਦੇ ਸਕਦੇ। ਉਹ ਬੜੀ ਗੰਭੀਰ ਇੱਕ ਸਮੱਸਿਆ ਹੈ। ਇਹਦੇ ਲਈ ਵੀ ਆਉਣ ਵਾਲੇ ਅਕਾਲ ਤਖ਼ਤ ਦੇ ਜਥੇਦਾਰ ਸਾਨੂੰ ਬੇਨਤੀ ਕਰਾਂਗੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਕੋਈ ਨਾ ਕੋਈ ਅਜਿਹਾ ਰਾਹ ਲੱਭਿਆ ਜਾਵੇ ਜਿੱਥੇ ਮਰਯਾਦਾ ਵੀ ਕਾਇਮ ਰਹੇ ਤੇ ਗੁਰੂ ਘਰ ਦੀ ਰੱਖਿਆ ਵੀ ਹੋ ਸਕੇ। ਇੱਕ ਏਦਾਂ ਵੀ ਹੋ ਸਕਦਾ ਕਿ ਜਿੱਦਾਂ ਸਾਰੇ ਸਾਡੀ ਐਸ ਜੀ ਪੀ ਦੇ ਜਿਹੜੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ, ਉਹਨਾਂ ਨੂੰ ਵੀ ਕੋਈ ਬੇਨਤੀ ਕੀਤੀ ਜਾਵੇ ਕਿ ਕੋਈ ਇੱਦਾਂ ਦੇ ਹੁਕਮ ਕੱਢੇ ਜਾਣ ਕਿ ਜਿਹੜੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਕੋ ਕਮੇਟੀਆਂ ਥੋੜ੍ਹੀ ਜਿਹੀਆਂ ਜ਼ਿਆਦਾ ਜ਼ਿੰਮੇਵਾਰੀ ਨਾਲ ਨਿਭਾਉਣ, ਇਹ ਵੀ ਅਸੰਭਵ ਹੋ ਸਕਦਾ? ਨਹੀਂ, ਇਹ ਜਿਹੜਾ ਹੁਕਮ ਆ ਨਾ ਸ੍ਰੀ ਅਕਾਲ ਤਖ਼ਤ ਸਾਹਿਬ ਜੇ ਜਾਰੀ ਹੋਵੇ ਤਾਂ ਜ਼ਿਆਦਾ ਬਿਹਤਰ ਹੈ ਜੀ। ਉਹ ਜ਼ਿਆਦਾ ਬਿਹਤਰ ਹੈ ਜੀ, ਜੇ ਉਹ ਜ਼ਿਆਦਾ ਬਿਹਤਰ ਹੈ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਉਹ ਲੋਕੀ ਕਈ ਤਰ੍ਹਾਂ ਦੇ, ਕੋਈ ਬਾਦਲਾਂ ਨਾਲ ਜੋੜਨ ਦਾ, ਕੋਈ ਕਿਸੇ ਤਰ੍ਹਾਂ ਜੋੜਨਾ, ਉਹਨੂੰ ਮੰਨਣ ਦੇ ਵਿੱਚ ਨਾ ਕਾਨਾ ਕੰਨੀ ਬਹੁਤ ਕਰਦੇ ਆ, ਕਰਦੇ ਆ। ਲੇਕਿਨ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਹੁਕਮ ਆ ਉਹਨੂੰ ਹਰ ਗੁਰਸਿੱਖ ਮੰਨਦਾ ਆ, ਇਹ ਹੁਕਮ ਉੱਥੋਂ ਜਾਰੀ ਹੋਣਾ ਚਾਹੀਦਾ। ਧੰਨਵਾਦ, ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ।